ਕੈਪਟਨ ਸਰਕਾਰ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਨਸ਼ਿਆਂ ਨੂੰ ਜੜੋਂ ਖਤਮ ਕਰ ਦਿੱਤਾ ਜਾਵੇਗਾ ਤੇ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ, ਪਰ ਸਰਕਾਰ ਦੇ ਲੋਕਾਂ ਨਾਲ ਕੀਤੇ ਵਾਅਦੇ ਹੁਣ ਝੂਠੇ ਸਾਬਿਤ ਹੁੰਦੇ ਦਿਖਾਈ ਦੇ ਰਹੇ ਨੇ। ਇਸ ਗੱਲ ਦੀ ਮਿਸਾਲ ਬਠਿੰਡਾ ਵਿੱਚ ਵੇਖਣ ਨੂੰ ਮਿਲੀ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਬਠਿੰਡਾ ਵਿੱਚ ਪੜ੍ਹੇ ਲਿਖੇ ਨੌਜਵਾਨ ਨਸ਼ਾ ਤਸਕਰ ਬਣ ਗਏ, ਜਿਨ੍ਹਾਂ ਨੂੰ ਪੁਲਿਸ ਨੇ ਹੁਣ ਆਪਣੀ ਹਿਰਾਸਤ ਵਿੱਚ ਲੈ ਲਿਆ। ਦਰਅਸਲ ਬਠਿੰਡਾ ਵਿੱਚ ਦੋ ਨੌਜਵਾਨ ਨਸ਼ਾ ਸਪਲਾਈ ਕਰਦੇ ਸੀ, ਜਿਨ੍ਹਾਂ ਨੂੰ ਪੁਲਿਸ ਨੇ ਰੇਲਵੇ ਸਟੇਸ਼ਨ ਦੇ ਨੇੜੇ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੋਨੋਂ ਹੀ ਨੌਜਵਾਨ ਬੀਟੈਕ ਇੰਜੀਨੀਅਰ ਨੇ, ਜੋ ਕਿ ਦਿੱਲੀ ਤੋਂ ਨਸ਼ਾ ਲਿਆ ਕੇ ਬਠਿੰਡਾ ਵਿੱਚ ਸਪਲਾਈ ਕਰਦੇ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਦੋਨਾਂ ਦੇ ਖਿਲਾਫ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ। SSP ਸਾਹਿਬ ਬਠਿੰਡਾ ਜੀ ਵੱਲੋਂ ਨਸ਼ਿਆਂ ਖਿਲਾਫ ਬੀਡੀ ਮੁਹਿੰਮ ਦੇ ਤਹਿਤ CS2 ਦੇ ASI ਅਮਰਿੰਦਰ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਮਾਰਗਦਾਮ ਰੋਡ ਤੋਂ ਅਮਿਤ ਕੁਮਾਰ ਅਤੇ ਚਰਨਜੀਤ ਸਿੰਘ ਚੰਨੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ਾ ਵਿੱਚੋਂ 260 ਗ੍ਰਾਮ ਹੈਰੋਇਨ ਬਰਾਮਦ ਕਰਾ ਕੇ ਥਾਣਾ ਕਤਵਾਲੀ ਵਿਖੇ ਮੁਕੱਦਮਾ ਦਰਜ ਕਰਾਇਆ। ਇਹ ਜੀ ਜਿਹੜਾ ਚਰਨਜੀਤ ਚੰਨੀ ਹੈ, ਇਹਨੇ ਬੀਟੈਕ ਕੀਤੀ ਹੈ, ਜੋ ਹੁਣ ਆਈਲੈਟਸ ਕਰ ਰਿਹਾ ਹੈ। ਜੋ ਅਮਿਤ ਕੁਮਾਰ ਹੈ, ਇਹ ਬੀਟੈਕ ਪਾਸ ਹੈ ਅਤੇ ਇਸਨੇ ਆਪਣੀ ਫੋਟੋ ਸਟੇਡੀ ਦੁਕਾਨ ਅਜੀਤ ਰੋਡ 'ਤੇ ਕੀਤੀ ਹੋਈ ਹੈ। ਇਹਨੂੰ ਮਾਲਗਦਾਮ ਰੋਡ ਨੇੜੇ ਰੇਲਵੇ ਸਟੇਸ਼ਨ ਇਹ 1000 ਰੁਪਏ ਗ੍ਰਾਮ ਦੇ ਹਿਸਾਬ ਨਾਲ ਦਿੱਲੀ ਤੋਂ ਲੈ ਕੇ ਆਉਂਦੇ ਆ ਅਤੇ ਇੱਥੇ ਸ਼ਹਿਰ ਦੇ ਵਿੱਚ 2000 ਦੇ ਹਿਸਾਬ ਨਾਲ ਅੱਗੇ ਆਪਣੇ ਕਾਕਾ ਨੂੰ ਵੇਚਦੇ। ਨਹੀਂ ਜੀ, ਪਹਿਲਾਂ ਇਹਦੇ ਖਿਲਾਫ਼ ਕੋਈ ਮੁਕੱਦਮਾ ਦਰਜ ਨਹੀਂ। ਨਹੀਂ, ਸ਼ਹਿਰ ਦੇ ਵਿੱਚ ਕਰਦੇ ਸ਼ਹਿਰ। ਰੰਗਲਾ TV ਲਈ ਬਠਿੰਡਾ ਤੋਂ ਅਵਤਾਰ ਸਿੰਘ, ਕੈਂਤੀ ਰਿਪੋਰਟ।